ਸੋ ਇਸ ਕਰਕੇ ਸਮਝੋ ਭਾਈ ਹੈ ਗੁਰੂ ਦੇ ਪਿਆਰੋ। ਸੋ ਨੌਜਵਾਨਾਂ ਨੇ ਬੱਚਿਆਂ ਨੇ ਬੜਾ ਸੋਹਣਾ ਉਪਰਾਲਾ ਕੀਤਾ, ਇਸੇ ਪ੍ਰੋਗਰਾਮ ਕਰਨੇ ਚਾਹੀਦੇ ਹਨ ਬਾਣੀ ਬਾਣੇ ਦੇ ਨਾਲ ਜੁੜਨ ਵਾਸਤੇ, ਕਿਉਂਕਿ ਜਿੱਥੇ ਬਾਣੀ ਨਾਲ ਜੁੜਨਾ ਉੱਥੇ ਬਾਣੇ ਨਾਲ ਵੀ ਜੁੜਨਾ। ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਗੁਰੂ ਦਾ ਬਾਣਾ, ਗੁਰੂ ਦੇ ਬਖਸ਼ੇ ਕਕਾਰ, ਗੁਰੂ ਦਾ ਅਮਰਥ ਅਤੇ ਗੁਰੂ ਦਾ ਅਮਰਤ, ਗੁਰੂ ਦੀ ਰਹਿਤ ਅਤੇ ਸ਼ਸਤਰ ਅਸਕਰਪਾਨ ਖੰਡੋ ਖੜਗ ਤੁਬਕ ਤਵਰਾ ਤੀਰ ਸਹਿਬ ਸਰੋਹੀ ਸਹਿਤੀ ਯਹੀ ਹਮਾਰੇ ਪੀਰ। ਗੁਰੂ ਕਲੰਗਿਆਂ ਵਾਲੇ ਪਾਤਸ਼ਾਹ ਨੇ ਖਾਲਸਾ ਮੇਰੋ ਰੂਪ ਹੈ ਖਾਸ, ਇਹੀ ਮੋਰ ਆਗਿਆ ਸੁਣੋ ਹੈ ਪਿਆਰੇ, ਬਿਨਾਂ ਸ਼ਸਤਰ ਕੇ ਸੰਗ ਨਾ ਦੇਵੋ ਦੇਦਾਰੇ, ਬਿਨਾਂ ਸ਼ਸਤਰ ਕੇ ਸੰਗ ਨਰੰਗ ਭੇਟ ਜਾਨੋ, ਕਹੋ ਕੰਨ ਤਾਕੋ ਕਿਤੇ ਲੈ ਸਦਾਨੋ। ਜੇ ਅਸੀਂ ਨਾ ਜਾਗੇ ਫਿਰ ਸਾਧ ਸੰਗਤ, ਜੇ ਅਸੀਂ ਨਾ ਜਾਗੇ ਭਾਈ ਸਾਨੂੰ ਜਿਹੜਾ ਗੁਰਮਤ ਸਿਧਾਂਤਾਂ ਤੋਂ ਹੀਣ ਕਰ ਦਿੱਤਾ ਜਾਊ, ਪੱਕੇ ਨਾਸਤਕ ਬਣਾ ਦਿੱਤਾ ਜਾਊ, ਬਾਣੀ ਨਾਲੋਂ ਤੋੜ ਦਿੱਤਾ ਜਾਊ, ਬਾਣੀ ਨਾਲੋਂ ਤੋੜ ਦਿੱਤਾ ਜਾਊ ਅਤੇ ਸਾਧ ਸੰਗਤ ਅੱਜ ਤਾਂ ਇੱਥੋਂ ਤੱਕ ਸਾਧ ਸੰਗਤ ਹੈ, ਨਾਸਤਕ ਤਾਂ ਗਾਹਾਂ ਗਾਹਾਂ ਭਾਈ। ਜਿਵੇਂ ਕੈਪਸੂਲਾਂ ਦੇ ਵਿੱਚ ਸਾਧ ਸੰਗਤ ਦਵਾਈ ਦਿੱਤੀ ਜਾਂਦੀ ਹੈ ਲਪੇਟ ਲਪੇਟ ਕੇ, ਐਂ ਗੁਰਮਤ ਦੇ ਸਾਧ ਸੰਗਤ ਬਾਣੀ ਦੇ ਆਸਰੇ ਲੈ ਲੈ ਕੇ ਸਿੱਖੀ ਰੂਪ ਧਾਰਨ ਕਰ ਕਰਕੇ ਅੰਮ੍ਰਿਤ ਤੋਂ, ਬਾਣੀ ਤੋਂ, ਕੇਸਾਂ ਤੋਂ, ਸਿੱਖੀ ਤੋਂ ਤੋੜ ਰਹੇ ਨੇ। ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਕਹਿੰਦੇ ਬਿਨਾਂ ਬਿਨਾਂ ਕੇਸਾਂ ਤੋਂ ਨਹੀਂ ਸਿੱਖ ਹੋ ਸਕਦਾ। ਗੁਰੂ ਜੀ ਕਹਿੰਦੇ ਨੇ ਬਿਨਾਂ ਸ਼ਸਤਰ ਕੇ ਸੰਗ ਨਾ ਦੇਵੋ ਦਦਾਰੇ, ਬਿਨਾਂ ਸ਼ਸਤਰ ਕੇ ਸੰਗ ਨਰੰਗ ਭੇਟ ਜਾਨੋ, ਗੋਹ ਕੰਨ ਤਾਕੋ ਕਿਤੇ ਲੈ ਸਦਾਨੋ। ਸਾਬਤ ਸੂਰਤ ਰੱਬ ਦੀ ਪੰਨੇ ਬੇਈਮਾਨ, ਜੇ ਕੋਈ ਕਿਸੇ ਰਹਿਤ ਨੂੰ ਨਹੀਂ ਕਮਾ ਰਿਹਾ ਉਹ ਵੱਖਰੀ ਗੱਲ ਹੈ, ਉਸਦੀ ਆਪਣੀ ਵੱਖਰੀ ਪ੍ਰੋਬਲਮ ਹੈ ਭਾਈ। ਪਰੰਤੂ ਕਿਸੇ ਨੂੰ ਇਹ ਹੱਕ ਨਹੀਂ ਹੈ, ਜੇ ਅਸੀਂ ਕਿਸੇ ਰਹਿਤ ਨੂੰ ਨਹੀਂ ਕਮਾ ਰਹੇ ਤਾਂ ਇਹਦਾ ਮਤਲਬ ਇਹ ਤਾਂ ਨਹੀਂ ਹੈ ਵੀ ਅਸੀਂ ਸਾਰਿਆਂ ਨੂੰ ਕਹੀਏ ਵੀ ਹਾਂ ਜੋ ਮੈਂ ਨਹੀਂ ਕਰਦਾ, ਜੇ ਮੈਂ ਅੰਮ੍ਰਿਤ ਨਹੀਂ ਛਕਿਆ ਅੰਮ੍ਰਿਤ ਛਕਣ ਦੀ ਲੋੜ ਨਹੀਂ, ਜੇ ਮੈਂ ਕਿਰਪਾਨ ਨਹੀਂ ਪਾਉਂਦਾ ਕਿਰਪਾਨ ਪਾਉਣ ਦੀ ਲੋੜ ਨਹੀਂ, ਜੇ ਮੈਂ ਕੇਸ ਨਹੀਂ ਰੱਖੇ ਤਾਂ ਕਿਸੇ ਨੂੰ ਵੀ ਕੇਸ ਰੱਖਣ ਦੀ ਲੋੜ ਨਹੀਂ, ਜੇ ਮੈਂ ਨਿਤਨੇਮ ਨਹੀਂ ਕਰਦਾ ਤਾਂ ਨਿਤਨੇਮ ਦੀ ਲੋੜ ਹੀ ਨਹੀਂ, ਜੇ ਮੈਂ ਅੰਮ੍ਰਿਤ ਵੇਲੇ ਨਹੀਂ ਉੱਠਦਾ ਤਾਂ ਅੰਮ੍ਰਿਤ ਵੇਲਾ ਤਾਂ ਹੁੰਦਾ ਹੀ ਨਹੀਂ। ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਨਿੱਜੀ ਜ਼ਿੰਦਗੀ ਹੈ ਕਿਸੇ ਦੀ, ਨਿੱਜੀ ਜੀਵਨ ਹੈ, ਕੁਛ ਵੀ ਕਰਦੇ ਦੁਨੀਆ ਕੁਛ ਤੋਂ ਕੁਛ ਗੁਨਾਹ ਤੇ ਗੁਨਾਹ ਕਰਦੀ ਆ ਭਾਈ, ਪਰੰਤੂ ਉਹ ਸਾਡਾ ਅਸੀਂ ਕਹਿ ਸਕਦੇ ਹਾਂ ਵੀ ਭਾਈ ਮੈਂ ਨਹੀਂ ਇਹ ਕਮਾ ਰਿਹਾ, ਇਹ ਮੇਰੀ ਗਲਤੀ ਹੈ। ਜੇ ਸਾਡੇ ਬਜ਼ੁਰਗਾਂ ਨੇ ਵਿਵੇਕ ਦੇ ਪਹਿਰੇ ਰੱਖੇ, ਬਾਣੀ ਬਾਣੀ ਵਿੱਚ ਪਰਪੱਕ ਹੋਏ, ਰਹਿਤ ਬਹਿਤ ਵਿੱਚ ਇੰਨੇ ਪ੍ਰਪੱਕ ਸਨ, ਤਾਂ ਸਾਡਾ ਕੀ ਮਤਲਬ ਜੇ ਅਸੀਂ ਨਹੀਂ ਕਮਾ ਰਹੇ ਤਾਂ ਅਸੀਂ ਉਹਨਾਂ ਨੂੰ ਗਲਤ ਕਹੀਏ। ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਸਵਾ ਸਮਾਨ ਦੇ ਕਮਰ ਕੱਸੇ ਸੀ ਜਿਹਨਾਂ ਦੇ, ਬਾਬੇ ਦੀਪ ਸਿੰਘ ਜੀ ਵਰਗਿਆਂ ਦੇ, ਬੋਲੋ ਸਤਨਾਮ ਸ੍ਰੀ ਵਾਹਿਗੁਰੂ। 80-80 ਸਾਲ ਦੇ ਵਿੱਚ 18-18 ਸਿਰ ਦਾ ਖੰਡਾ ਪਕੜ ਕੇ ਤੁਰ ਪਏ, ਸਾਥੋਂ ਸਾਧ ਸੰਗਤਾਂ ਕੁਛ ਇੰਚ ਦੀ ਕਿਰਪਾਨ ਨਹੀਂ ਪਾਈ ਜਾਂਦੀ। ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਫਿਰ ਅਸੀਂ ਬਾਣੀ ਦੀ ਨਿੰਦਿਆ ਕਰੀਏ ਅਤੇ ਸਾਸ ਫਿਰ ਅਸੀਂ ਕਹੀਏ ਨਹੀਂ ਰਹਿਤ ਤੋਂ ਬਿਨਾਂ ਵੀ ਸੁੱਖ ਹੋ ਸਕਦਾ, ਅੰਮ੍ਰਿਤ ਤੋਂ ਬਿਨਾਂ ਵੀ ਸਿੱਖ ਹੋ ਸਕਦਾ, ਕੇਸਾਂ ਤੋਂ ਬਿਨਾਂ ਵੀ ਸਿੱਖ ਹੋ ਸਕਦਾ, ਇਹ ਗੁਰਮਤ ਦਾ ਪ੍ਰਚਾਰ ਹੈ। ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਬਾਣੀ ਦੇ ਗਲਤ ਅਰਥ ਕਰ ਕਰਕੇ ਅਸੀਂ ਲੋਕਾਂ ਨੂੰ ਭਰਮਾਈਏ, ਗਲਤ ਰਸਤੇ ਪਾਈਏ, ਅਸ਼ਰਧਕ ਬਣਾਈਏ, ਨਾਸਤਕ ਬਣਾਈਏ, ਤੋੜੀਏ ਗੁਰੂ ਅਸਥਾਨਾਂ ਦੇ ਨਾਲੋਂ ਅਤੇ ਸਾਧ ਸੰਗਤ ਇਹ 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 ਗੁਰਮਤ ਹੈ ਕਿ ਮਨਮਤ ਹੈ? ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਇਹ ਮਨਮਤ ਹੈ, ਮਨਮਤ ਨਹੀਂ ਘੋਰ ਮਨਮਤ ਹੈ ਭਾਈ। ਸੋ ਇਸ ਕਰਕੇ ਹੇ ਗੁਰੂ ਦੇ ਸਿੱਖੋ, ਜਾਗੋ, ਸ਼ਰਧਾ ਪਿਆਰ ਦੀ ਜੋਤ ਜਗਾਓ, ਗੁਰੂ ਸਮਰੱਥ ਹੈ, ਗੁਰੂ 'ਤੇ ਭਰੋਸਾ ਕਰੋ। ਕਲੰਗੀਆਂ ਵਾਲੇ ਪਾਤਸ਼ਾਹ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਲੜ ਲਾਇਆ ਅਤੇ ਕਿਹਾ ਗੁਰੂ ਗ੍ਰੰਥ ਜੀ ਮਾਨੀਏ ਪ੍ਰਗਟ ਗੁਰਾਂ ਕੀ ਦੇ, ਜੋ ਪ੍ਰਭ ਕੋ ਮਿਲਵੋ ਚਾਹੇ ਖੋ ਸ਼ਬਦ ਪੈਲੇ, ਇਸ 'ਤੇ ਭਰੋਸਾ ਰੱਖਣਾ। ਬਾਣੀ ਕਹਿੰਦੀ ਜਿੱਥੇ ਜਾਏ ਬਹਿ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ ਰਾਮ ਰਾਜੇ। ਗੁਰੂ ਦੇ ਇਤਿਹਾਸ ਕਥਨ ਸਾ ਧਰਤ ਪਈ ਹਰਿਆਵਲੀ, ਜਿੱਥੇ ਮੇਰਾ ਸਤਿਗੁਰ ਬੈਠਾ ਆਏ। ਤੀ ਤੁਹੀਂ ਸਹਿਤੀ ਤੁਹੀਂ ਤੁਹੀਂ ਤਵਰ ਤਰਵਾਰ, ਫਿਰ ਬਾਣੀ ਬਾਣਾ ਪੰਕ ਪਛਾਣੋ ਸਿੰਘ ਗੁਰੂ ਦਾ ਪੰਛੀ ਜਾਣੋ। ਜੇ ਅਸੀਂ ਨਹੀਂ ਕੋਈ ਕਰ ਸਕਦੇ ਉਹ ਸਾਡੀ ਊਣਤਾਈ ਹੈ। ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਫਿਰ ਅਸੀਂ ਕਹਿ ਸਕਦੇ ਹਾਂ ਬਾ ਬਈ ਗੁਰੂ ਦੇ ਪਿਆਰਾ ਤੂੰ ਭਾਈ ਅੱਗੇ ਹੈ, ਤੂੰ ਤਾਂ, ਮੈਂ ਤਾਂ ਅਜੇ 4 ਵਜੇ ਉੱਠਦਾ, ਤੂੰ ਤਾਂ 2 ਵਜੇ ਹੀ ਉੱਠ ਖੜਦਾ, ਤੂੰ ਤਾਂ 3 ਵਜੇ ਹੀ ਉੱਠ ਖੜਦਾ। ਤੂੰ ਜੇ ਕਹੀਏ ਵੀ ਨਹੀਂ, ਜੇ ਮੈਂ ਹੁਣ 4 ਵਜੇ ਉੱਠਦਾ ਜਾਂ 5 ਵਜੇ ਜਾਂ ਦਿਨ ਚੜ੍ਹੇ ਉੱਠਦਾ, ਵੀ ਲੋੜ ਹੀ ਨਹੀਂ ਹੈਗੀ, ਤੂੰ ਕਿਉਂ ਉੱਠਦਾ? ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਇਹ ਗਲਤ ਹੈ।
ਜੇ ਮੈਂ ਬਾਣੀ ਘੱਟ ਪੜ੍ਹਦਾ ਤਾਂ ਵੱਧ ਪੜ੍ਹਨ ਵਾਲਿਆਂ ਨੂੰ ਨਿੰਦਾ ਕਰਾਂ? ਨਹੀਂ, ਇਹ ਕਹਿ ਸਕਦੇ ਆ ਭਾਈ ਧੰਨ ਹੈ ਤੂੰ ਸਿੱਖਾ, ਤੂੰ ਇੰਨੀ ਬਾਣੀ ਪੜ੍ਹਦਾ, ਤੂੰ ਇੰਨੀ ਰਹਿਤ ਰੱਖਦਾ, ਤੂੰ ਇੰਨਾ ਨਾਮ ਜਪਦਾ, ਅਸੀਂ ਅਜੇ ਉੱਥੇ ਤੱਕ ਨਹੀਂ ਗਏ। ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਨਹੀਂ ਉੱਥੇ ਤੱਕ ਪਹੁੰਚੇ। ਹੁਣ ਗੁਰੂ ਦੀ ਸੰਗਤ ਵਿੱਚ ਕੌਣ ਨਹੀਂ ਆ ਸਕਦਾ? ਭਾਵੇਂ ਹਿੰਦੂ ਆ, ਉਹ ਵੀ ਆ ਸਕਦਾ ਹੈ। ਸੰਗਤ ਵਿੱਚ ਤਾਂ ਕੋਈ ਵੀ ਆ ਸਕਦਾ। ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਗੁਨਾਹਗਾਰ ਵੀ ਆਉਂਦੇ ਨੇ ਭਾਈ, ਚੋਰਾਂ ਨੇ ਵੀ ਆਉਣਾ ਹੈ ਸੰਗਤ ਦੇ ਵਿੱਚ, ਇੱਥੇ ਆ ਕੇ ਬਖਸ਼ਾਉਣਾ ਹੈ, ਮੱਤ ਲੈਣੀ ਹੈ। ਪਰੰਤੂ ਇਹ ਤਾਂ ਨਹੀਂ ਵੀ ਸਾਧ ਸੰਗਤ ਜੋ ਸਹੀ ਚੱਲਦਾ ਪਹਿਲਾਂ ਮੇਰੇ ਤੋਂ ਸੀਨੀਅਰ ਹੈ ਉਹ ਤੋਂ ਉਹਦੀ ਮੈਂ ਨਿੰਦਿਆ ਕਰਾਂ? ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਇੱਕ ਹੋਰ ਮਨ ਮੱਤ ਹੈ ਭਾਈ।